ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਅੱਜ ਤੁਹਾਡੇ ਲਈ ਗੁੱਡ ਨਿਊਜ਼ ਲੈ ਕੇ ਆਏ, ਜੋ ਕਿ ਪਟਵਾਰੀ ਦੀ ਵੈਕੈਂਸੀ ਆ ਚੁੱਕੀ ਹੈ। ਤੁਸੀਂ ਆਲ ਇੰਡੀਆ ਤੋਂ ਕਿੱਥੋਂ ਵੀ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ, ਜੋ ਕਿ ਕੈਨਲ ਪਟਵਾਰੀ ਅਤੇ ਪੰਚਾਇਤ ਵਿਭਾਗ ਦੇ ਵਿੱਚ ਜਿਹੜੀ ਪੋਸਟ ਨਿਕਲੀ ਹੈ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ ਪੋਸਟ ਹੈ 21/3/2019 ਤੋਂ ਜਿਹੜਾ ਅਪਲਾਈ ਹੋਣੀ ਸ਼ੁਰੂ ਹੋ ਜਾਏਗਾ, ਫਾਰਮ ਫਿਲ ਹੋਣਗੇ ਤਾਂ ਉਸ 23/4 ਜਾਂ 4 ਕਹਿ ਸਕਦੇ ਹਾਂ 23 ਅਪ੍ਰੈਲ ਤੱਕ, ਜਿਹੜਾ 4 ਮਹੀਨੇ ਤੱਕ ਜਿਹੜਾ ਇਹ ਪੋਸਟ ਅਪਲਾਈ ਹੋਵੇਗੀ। ਠੀਕ ਹੈ ਜੀ, ਇਸ ਦੀ ਜਿਹੜੀ ਫੁੱਲ ਇਨਫੋਰਮੇਸ਼ਨ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖੋਗੇ। ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਨੈਕਸਟ ਇਨਫੋਰਮੇਸ਼ਨ ਉਹਨਾਂ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ। ਤੁਸੀਂ ਦੇਖ ਸਕਦੇ ਹੋ ਜਿਹੜਾ ਟੇਲਰ ਕੁਆਲੀਫਿਕੇਸ਼ਨ ਦੱਸੀ ਗਈ ਹੈ, ਜਿਸ ਦੇ ਵਿੱਚ ਕੀ ਹੈ ਜਿਹੜੀ 892 ਪੋਸਟਾਂ ਦਿੱਤੀਆਂ ਗਈਆਂ ਨੇ, 892 ਕੈਨਲ ਪਟਵਾਰੀ ਦੀਆਂ। ਠੀਕ ਹੈ, ਇਹਨਾਂ ਦੀ ਕੈਟਾਗਰੀ ਵਾਈਜ਼ ਵੰਡ ਕੀਤੀ ਹੈ, ਜਨਰਲ ਲਈ 214, ਐਸ ਸੀ ਲਈ 151, ਤਾਂ ਬੀ ਸੀ ਲਈ ਜਿਹੜਾ ਪੋਸਟ ਹੈ 120 ਜਾਂ ਇਸ ਤਰ੍ਹਾਂ ਅੱਗੇ। ਨੈਕਸਟ ਜਿਹੜੀ ਸਾਰੀ ਦੱਸਿਆ ਗਿਆ, ਤੁਸੀਂ ਇਸ ਨੂੰ ਵੀਡੀਓ ਨੂੰ ਰੋਕ ਕੇ ਜਿਹੜਾ ਆਪਣਾ ਪ੍ਰੋਪਰ ਜਾਣਕਾਰੀ ਇਸ ਤੋਂ ਲਿਖਦੇ ਹੋ। ਜਿਹੜੀ ਮੇਨ ਕੁਆਲੀਫਿਕੇਸ਼ਨ ਦੀ ਗੱਲ ਹੈ, ਯੋਗਤਾ ਤੁਹਾਡੀ ਕੀ ਨੇ, 10ਵੀਂ ਪਾਸ ਹੋਣੀ ਚਾਹੀਦੀ ਹੈ, ਹਿੰਦੀ ਜਾਂ ਸੰਸਕ੍ਰਿਤ ਦੇ ਵਿੱਚ ਜ਼ਰੂਰੀ ਹੈ। ਠੀਕ ਹੈ, ਇਸ ਤੋਂ ਇਲਾਵਾ ਜਿਹੜਾ ਤੁਹਾਡੇ ਕੋਲ ਡਿਪਾਰਟਮੈਂਟ ਪਟਵਾਰੀ ਐਗਜ਼ਾਮੀਨੇਸ਼ਨ ਦੇ ਲਈ ਜਿਹੜਾ 6 ਮੰਥ ਦਾ ਜਿਹੜਾ ਇੱਕ ਐਕਸਪੀਰੀਅੰਸ ਦੀ ਜ਼ਰੂਰਤ ਹੈਗੀ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਹੋਰ ਕੀ ਹੈ, ਜਿਹੜੀ ਏਜ਼ ਲੈ ਏਜ਼ ਦੀ ਗੱਲ ਕਰ ਲਈਏ ਤਾਂ ਏਜ਼ ਲਿਮਿਟ ਕਿੰਨੀ ਦਿੱਤੀ ਗਈ ਹੈ ਇਸ ਦੇ ਵਿੱਚ, 18-42 ਈਅਰ ਜਿਹੜੀ ਏਜ਼ ਲਿਮਿਟ ਦੱਸੀ ਗਈ ਹੈ। ਜਿਹੜੀ ਪੇ ਸਕੇਲ ਹੈ ਤੁਸੀਂ ਦੇਖ ਸਕਦੇ ਹੋ, 20,000 ਜਿਹੜੀ ਲਗਭਗ ਸਟਾਰਟਿੰਗ ਪੇ ਤੋਂ ਲੈ ਕੇ 20,000 ਜਿਹੜੀ ਵੱਧ ਤੋਂ ਵੱਧ ਜਿਹੜੀ ਮੈਕਸੀਮਮ ਦਿੱਤੀ ਗਈ ਹੈ। ਗ੍ਰੇਡ ਪੇ ਵੀ ਜਿਹੜਾ 1900 ਮੈਨਸ਼ਨ ਕੀਤਾ ਗਿਆ ਇਸ ਤੋਂ ਅੱਗੇ। ਤੁਸੀਂ ਦੇਖ ਸਕਦੇ ਹੋ ਦੂਸਰੀ ਜਿਹੜੀ ਪੋਸਟ ਨਾਲ ਹੀ ਜਿਹੜੀ 435 ਜਿਹੜੀਆਂ ਪੋਸਟਾਂ ਦੱਸੀਆਂ ਗਈਆਂ ਨੇ ਉਹ ਗ੍ਰਾਮ ਸਚਿਵ ਦੇ ਵਿੱਚ ਆਈਆਂ। ਠੀਕ ਹੈ, ਜੋ ਪੰਚਾਇਤੀ ਵਿਭਾਗ ਹੈ ਤਾਂ ਟੋਟਲ ਜਿਹੜੀ ਗਿਣਤੀ 435 ਹੈ। ਤਾਂ ਇਹਨਾਂ ਨੂੰ ਵੀ ਤੁਸੀਂ ਵੀਡੀਓ ਨੂੰ ਰੋਕ ਕੇ ਜਿਹੜਾ ਸਾਰਾ ਕੈਟਾਗਰੀ ਵਾਈਜ਼ ਦੇਖ ਸਕਦੇ ਹੋ, ਤਾਂ ਕਿ ਤੁਹਾਡਾ ਸਮਾਂ ਖਰਾਬ ਨਾ ਹੋਵੇ। ਤਾਂ ਇਸ ਲਈ ਵੀ ਜਿਹੜਾ ਮੈਟ੍ਰਿਕ ਇਲੈਕਸ਼ਨ ਜਿਹੜੀ 10ਵੀਂ ਪਾਸ ਹੋਣੀ ਚਾਹੀਦੀ ਹੈ ਤੁਹਾਡੀ ਹਿੰਦੀ ਸਬਜੈਕਟ ਜਾਂ ਸੰਸਕ੍ਰਿਤ ਦੇ ਸਬਜੈਕਟ ਦੇ ਨਾਲ ਸੰਬੰਧਿਤ, ਤਾਂ ਤੁਸੀਂ ਇਹ ਪੋਸਟ ਨੂੰ +2 ਪਾਸ ਹੋ ਤਾਂ ਇਸ ਨੂੰ ਜਿਹੜਾ ਅਪਲਾਈ ਕਰ ਸਕਦੇ ਹੋ। ਜਿਹੜੀ ਏਜ਼ ਲਿਮਿਟ ਇਸ ਦੀ ਬਿਤਾਈ ਗਈ ਹੈ ਉਹ ਹੈ 17-42 ਸਾਲ, ਜਿਹੜੀ ਤੁਸੀਂ ਪੇ ਦੇਖਦੇ ਹੋ ਸੇਮ ਪਹਿਲਾਂ ਵਾਲੀ ਹੀ ਹੈ। ਤਾਂ ਇਸ ਦੇ ਵਿੱਚ ਹੋਰ ਕੀ ਹੈ, ਕੈਟਾਗਰੀ ਵਾਜ਼ ਜਿਹੜਾ ਇਸ ਦੀ ਫੀਸ ਰੱਖੀ ਗਈ ਹੈ, ਤੁਸੀਂ ਦੇਖ ਸਕਦੇ ਹੋ ਕਿੰਨੀ ਫੀਸ ਤੁਸੀਂ ਪੇ ਕਰਨੀ ਹੈ ਪੋਸਟ ਨੂੰ ਅਪਲਾਈ ਕਰਨੀ। ਜਿਹੜੀ ਮੇਲ ਅਤੇ ਫੀਮੇਲ ਦੀ ਜਿਹੜੀ ਫੀਸ ਹੈ ਦੇਖ ਸਕਦੇ ਹੋ ਤੁਸੀਂ, ਜਰਨਲ ਦੇ ਵਾਸਤੇ 100 ਰੁਪਏ, ਤਾਂ ਉਹ ਫੀਮੇਲ ਹਰਿਆਣਾ ਰੈਜੀਡੈਂਟ ਜੋ ਹਰਿਆਣਾ ਦੇ ਵਿੱਚ ਰਹਿ ਰਹੇ ਨੇ ਅਤੇ ਕਿਉਂਕਿ ਪੋਸਟ ਹਰਿਆਣਾ ਦੀ ਮੇਨ ਤੌਰ 'ਤੇ, ਤਾਂ ਉਸ ਲਈ 50, ਇਸ ਤੋਂ ਇਲਾਵਾ ਐੱਸ ਸੀ ਵੀ ਸੀ ਐੱਸ ਵੀ ਐੱਸ ਸੀ ਜੋ ਸਾਰਿਆਂ ਲਈ ਜਿਹੜੀ ਪੋਸਟ ਮੇਲ ਦੇ ਵਾਸਤੇ 25 ਰੁਪਏ, ਤਾਂ ਫੀਮੇਲ ਦੇ ਲਈ ਜਿਹੜਾ ਹਰਿਆਣਾ ਸਟੇਟ ਦੇ ਆਉਣ ਲਈ ਤਾਂ 13 ਰੁਪਏ ਹੈ। ਤਾਂ ਇਸ ਤੋਂ ਇਲਾਵਾ ਤੁਸੀਂ ਦੇਖਿਓ ਬਹੁਤ ਹੀ ਘੱਟ ਜਿਹੜਾ ਫੀਸ ਚਾਰਜ ਲਿਆ ਗਿਆ ਇਸ ਪੋਸਟ ਨੂੰ, ਤੁਸੀਂ ਅਪਲਾਈ ਕਰ ਸਕਦੇ ਹੋ। ਪਹਿਲਾਂ ਇਸ ਪੋਸਟਾਂ ਨੂੰ ਰਿਵਾਈਜ਼ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਪੋਸਟਾਂ ਨਿਕਲੀਆਂ ਸੀ। ਤਾਂ ਇਸ ਤਰ੍ਹਾਂ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ ਅਤੇ ਇਸ ਤਰ੍ਹਾਂ ਦੇ ਐਗਜ਼ਾਮ ਦੀ ਤਿਆਰੀ ਲਈ ਸਾਡੇ ਚੈਨਲ ਨੂੰ ਜੁੜ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਦੇ ਵਿੱਚ ਆ ਕੇ ਜਿਹੜੇ ਸਾਰੀ ਵੀਡੀਓ ਨੂੰ ਦੇਖ ਸਕਦੇ ਹੋ। ਆਸ ਹੈ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਹੋਈ। ਨੈਕਸਟ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ ਸੋ ਮੱਚ।